ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਵੀਜ਼ਾ ਆਫਿਸ ਦੀ ਸਪੈਸ਼ਲ ਲਾਈਵ ਵਿੱਚ ਸੋ ਕੋਸ਼ਿਸ਼ ਰਹਿੰਦੀ ਹੈ ਇਸ ਪਲੇਟਫਾਰਮ ਦੇ ਜ਼ਰੀਏ ਕੋਈ ਵੀ ਅਪਡੇਟ ਜਾਂ ਡਿਵੈਲਪਮੈਂਟ ਆਉਂਦੀ ਹੈ ਜਾਂ ਜਿਹੜੀ ਇਨਫੋਰਮੇਸ਼ਨ ਸਟੂਡੈਂਟ ਚਾਹੁੰਦੇ ਨੇ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਅੱਜ ਦਾ ਜਿਹੜਾ ਆਪਣਾ ਟੌਪਿਕ ਰਹੇਗਾ ਉਹ AIP ਨੂੰ ਲੈ ਕੇ ਰਹੇਗਾ ਐਂਡ ਪਲੱਸ ਪੁਰਾਣੇ ਬੱਚਿਆਂ ਦੀ ਜਿਨ੍ਹਾਂ ਦੀ ਮਾਰਚ ਅਪ੍ਰੈਲ ਦੀ ਫਾਈਲ ਹੈਗੀ ਉਹਨਾਂ ਦੇ AIP ਕਿਉਂ ਨਹੀਂ ਆ ਰਹੇ ਇਸ ਦੇ ਉੱਪਰ ਰਹੇਗਾ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਦੋਸਤਾਂ ਦੀ ਰਿਕੁਐਸਟ ਆ ਕਿਸੇ ਵੀ ਤਰ੍ਹਾਂ ਦੀ ਐਪਲੀਕੇਸ਼ਨ ਵੀਜ਼ਾ ਆਫਿਸ ਦੇ ਥਰੂ ਸਟਾਰਟ ਕਰ ਲਈ ਅਸੀਂ 8 ਸਾਲ ਤੋਂ ਸਟੂਡੈਂਟ ਵੀਜ਼ਾ ਦੀ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਸਾਡਾ ਆਨਲਾਈਨ ਪਲੇਟਫਾਰਮ ਹੈ ਤੁਸੀਂ ਨੋਟ ਕਰ ਲਓ ਵੈਬਸਾਈਟ tvostudy.com ਤੇ ਜਾਣਾ ਇੱਕ ਬੇਸਿਕ ਕੁਐਰੀ ਫਾਰਮ ਸਬਮਿਟ ਕਰਨਾ ਹੈ ਤੇ ਸਾਡੀ ਟੀਮ ਤੁਹਾਡੇ ਨਾਲ ਕੰਟੈਕਟ ਕਰੇਗੀ ਤੇ ਘਰੇ ਬੈਠੇ ਹੀ ਤੁਸੀਂ ਵੀਡੀਓ ਕਾਉਂਸਲਿੰਗ ਜਿਹੜੀ ਆਪਣਾ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਐਂਡ ਇਵਨ ਆਫਰ ਲੈਟਰ ਵੀ ਪ੍ਰੋਸੈਸ ਕਰ ਸਕਦੇ ਹੋ ਚਾਹੇ ਕੈਨੇਡਾ ਲਈ ਯੂਕੇ ਲਈ ਜਾਂ ਆਸਟ੍ਰੇਲੀਆ ਜਾਂ ਕਿਸੇ ਵੀ ਕੰਟਰੀ ਦਾ ਸਟੂਡੈਂਟ ਵੀਜ਼ਾ ਅਗਰ ਤੁਸੀਂ ਅਪਲਾਈ ਕਰਨਾ ਤੇ tvostudy.com ਵੈਬਸਾਈਟ ਯਾਦ ਕਰ ਲਓ ਇਸ ਵੈਬਸਾਈਟ ਤੇ ਜਾ ਕੇ ਅੱਜ ਹੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਦੋਸਤੋ ਸਟਾਰਟ ਕਰਦੇ ਹਾਂ ਵੀਡੀਓ ਪਹਿਲੇ ਪਾਰਟ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ 15 ਸਤੰਬਰ ਤੋਂ ਬਾਅਦ AIP ਦਾ ਕੀ ਸਟੇਟਸ ਰਿਹਾ ਸੋ ਜਿਨ੍ਹਾਂ ਦੋਸਤਾਂ ਦੇ ਵੀ ਕਿਉਂਕਿ ਹਾਈ ਕਮਿਸ਼ਨ ਨੇ ਕਿਹਾ ਸੀਗਾ ਕਿ 15 ਸਤੰਬਰ ਤੱਕ ਫਾਈਲਸ ਤੁਸੀਂ ਫਾਈਲ ਟੇਕ ਦੀਆਂ ਲਗਾ ਸਕਦੇ ਹੋ ਲੇਕਿਨ ਇਹ ਡੈਡਲਾਈਨ ਨਹੀਂ ਹੈ AIP ਇਸ਼ੂ ਕਰਨ ਦੀ ਤੁਸੀਂ ਖੁਦ ਸਮਝ ਸਕਦੇ ਹੋ ਕਿ ਜਿਹੜੀ ਫਾਈਲ 15 ਸਤੰਬਰ ਨੂੰ ਲੱਗੇਗੀ ਇਹ ਕਿੰਨਾ ਪੋਸੀਬਲ ਹੈ ਕਿ ਉਸੇ ਦਿਨ ਉਸ ਦਾ AIP ਵੀ ਆ ਜਾਏਗਾ ਸੋ ਡੈਫੀਨੇਟਲੀ AIP 15 ਸਤੰਬਰ ਤੋਂ ਬਾਅਦ ਵੀ ਆਉਂਦੇ ਰਹਿਣੇ ਨੇ ਦੋ ਵਾਰੀ ਆ ਰਹੇ ਨੇ ਡਿਲੇ ਵੀ ਹੋ ਰਹੇ ਕਈ ਬੱਚਿਆਂ ਦੇ ਉਹ ਆਪਾਂ ਅਗਲੇ ਪਾਰਟ 'ਚ ਡਿਸਕਸ ਕਰਾਂਗੇ ਕਿ ਡਿਲੇ ਕਿਉਂ ਹੋ ਰਹੇ ਨੇ ਸੋ ਪਹਿਲਾਂ ਆਪਾਂ ਉਹੀ ਗੱਲ ਕਰਾਂਗੇ ਕਿ AIP ਕਦੋਂ ਤੱਕ ਆਉਂਦੇ ਰਹਿਣਗੇ ਸੋ ਦੋਸਤੋ ਕਈ ਕਾਲਜਸ ਨੇ ਐਕਸਟੈਂਸ਼ਨ ਦਿੱਤੀ ਹੈ ਬੱਚਿਆਂ ਨੂੰ ਕਲਾਸਿਸ ਨੂੰ ਲੈ ਕੇ ਕੁਝ ਕਾਲਜਸ ਜਿਹੜੇ ਹੈਗੇ ਨੇ ਉਹਨਾਂ ਨੇ ਅਕਤੂਬਰ ਦੇ ਫਸਟ ਵੀਕ ਤੱਕ ਦੀ ਐਕਸਟੈਂਸ਼ਨ ਦਿੱਤੀ ਹੈ ਕਿ ਬੱਚਿਆਂ ਦੇ ਉਹਨਾਂ ਨੂੰ ਪਤਾ ਰਿਜ਼ਲਟ ਅਜੇ ਪੈਂਡਿੰਗ ਨੇ ਸੋ ਅਗਰ ਤੁਹਾਡਾ ਵੀ ਕਾਲਜ ਉਹਨਾਂ ਚੋਂ ਆਉਂਦਾ ਤੇ ਡੈਫੀਨਿਟਲੀ ਤੁਹਾਡੇ ਕੋਲ ਸਫੀਸ਼ੀਐਂਟ ਟਾਈਮ ਹੈਗਾ ਦੂਜੇ ਸਿਨੈਰੀਓ ਦੇ ਵਿੱਚ ਵੀ ਜੇ ਤੁਹਾਡਾ ਕਾਲਜ ਤੁਹਾਨੂੰ ਕਹਿ ਰਿਹਾ ਕਿ ਕਲਾਸਿਸ ਲਗਾਓ AIP ਨਹੀਂ ਆਇਆ ਉਹਨਾਂ ਦੀ ਰਿਫੰਡ ਪਾਲਿਸੀ ਚੈੱਕ ਕਰ ਲਓ ਕੁਝ ਕਾਲਜ ਹੈਗੇ ਨੇ ਜਿਹੜੇ 100% ਰਿਫੰਡ ਕਰਨਗੇ ਜੇ AIP ਨਹੀਂ ਆਉਂਦਾ ਇਹ ਚੀਜ਼ਾਂ ਤੁਹਾਡਾ ਕੰਸਲਟੈਂਟ ਤੁਹਾਨੂੰ ਗਾਈਡ ਕਰੇਗਾ ਜਾਂ ਕਾਲਜ ਨਾਲ ਤੁਸੀਂ ਡਾਇਰੈਕਟ ਕਮਿਊਨੀਕੇਟ ਕਰਕੇ ਵੀ ਜਾਣ ਸਕਦੇ ਹੋ ਉਸੇ ਕੇਸ 'ਚ ਆਪਣਾ ਪ੍ਰੋਸੈਸ ਸਟਾਰਟ ਕਰੋ ਆਪਣੀ ਕਲਾਸਿਸ ਲਾਣੀਆਂ ਸਟਾਰਟ ਕਰੋ ਜਦੋਂ ਤੁਹਾਨੂੰ ਲੱਗਦਾ ਕਿ ਕਾਲਜ ਦੀ ਰਿਫੰਡ ਪਾਲਿਸੀ ਤੁਹਾਡੇ ਅਕੋਰਡਿੰਗ ਸੂਟੇਬਲ ਹੈਗੀ ਆ ਤਾਂ ਤੁਸੀਂ ਪਹਿਲਾਂ ਵੀ ਸਟਾਰਟ ਕਰ ਸਕਦੇ ਨਹੀਂ ਤੇ ਵੇਟ ਫੋਰ AIP ਐਂਡ ਸੇਫ ਸਾਈਡ ਰੱਖਣ ਵਾਸਤੇ ਅਗਰ ਉਹ ਕਾਲਜ ਦੀ ਫੰਡ ਪਾਲਿਸੀ ਸੂਟ ਨਹੀਂ ਕਰ ਰਹੀ AIP ਨਹੀਂ ਆਇਆ ਕਲਾਸਿਸ ਦੀ ਡੇਟ ਆ ਗਈ ਹੈ ਰਜਿਸਟ੍ਰੇਸ਼ਨ ਕਰਨਾ ਹੈ ਤਾਂ ਡੈਫੀਨਿਟਲੀ ਬਿਨਾਂ AIP ਦੇ ਮੈਂ ਸਲਾਹ ਨਹੀਂ ਦਿੰਦਾ ਕਿ ਤੁਸੀਂ ਆਪਣੀਆਂ ਕਲਾਸਾਂ ਸਟਾਰਟ ਕਰੋ ਤੁਹਾਨੂੰ ਕਰਨਾ ਚਾਹੀਦਾ ਆਪਣਾ ਡੈਫਰਮੈਂਟ ਡੈਫਰਮੈਂਟ ਕਰਕੇ ਤੁਸੀਂ ਆਪਣਾ ਨਵਾਂ ਐਨੂਅਲ ਜਨਵਰੀ ਇਨਟੇਕ ਦਾ ਅਪਡੇਟ ਕਰ ਦਿਓ ਹਾਈ ਕਮਿਸ਼ਨ ਨੂੰ ਤਾਂ ਕਿ ਤੁਹਾਡਾ ਜਿਹੜਾ ਸੈਕੰਡ ਸਟੇਜ ਪ੍ਰੋਸੈਸ ਵਾਲਾ ਸਿਸਟਮ ਆ ਅਗਰ ਐਕਸਟੈਂਡ ਹੋ ਗਿਆ 15 ਸਤੰਬਰ ਤੋਂ ਬਾਅਦ ਤਾਂ ਉਹਦੇ ਅਕੋਰਡਿੰਗ ਵੀ ਪ੍ਰੋਸੈਸ ਹੋਏਗਾ ਬਾਕੀ ਚੀਜ਼ਾਂ ਦੀ ਵੇਟ ਕਰਨਾ ਪੈ ਸਕਦਾ ਹੈ ਕਿਉਂਕਿ ਜਿੱਦਾਂ ਜਿੱਦਾਂ ਅਪਡੇਟ ਆਣਗੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਰਾਂਗਾ ਹੁਣ ਵੀਡੀਓ ਦੇ ਦੂਜੇ ਪਾਰਟ ਦੇ ਵਿੱਚ ਮੈਂ ਉਹਨਾਂ ਦੋਸਤਾਂ ਦੀ ਗੱਲ ਕਰਾਂਗਾ ਜਿਨ੍ਹਾਂ ਦੇ ਬਹੁਤ ਸ਼ੋਅ ਦੇ ਵਿੱਚ ਕਾਲ ਆਉਂਦੇ ਆ ਕਿ ਸਾਡੀ ਫਾਈਲ ਮਾਰਚ ਤੋਂ ਲੱਗੀ ਹੈ ਅਪ੍ਰੈਲ ਤੋਂ ਲੱਗੀ ਹੈ ਇਵਨ ਸਤੰਬਰ ਵਾਲੀ ਫਾਈਲਾਂ ਦੇ ਰਿਜ਼ਲਟ ਆ ਰਹੇ ਨੇ ਲੇਕਿਨ ਅਸੀਂ ਮਾਰਚ ਤੋਂ ਵੇਟ ਕਰ ਰਹੇ ਕੀ ਕਰਨਾ ਕਿ ਸਾਡਾ ਰਿਜ਼ਲਟ ਨਹੀਂ ਆ ਰਿਹਾ ਸੋ ਦੋਸਤਾਂ ਨੂੰ ਥੋੜਾ ਜਿਹਾ ਮੈਂ ਆਈਡੀਆ ਦੇ ਸਕਦਾ ਕਿ ਇਹਦਾ ਰੀਜ਼ਨ ਕੀ ਹੋ ਸਕਦਾ ਹੈ 100% ਨਹੀਂ ਆਪਾਂ ਕਹਿ ਸਕਦੇ ਕਿਉਂਕਿ ਹਾਈ ਕਮਿਸ਼ਨ ਦਾ ਕਹਿਣਾ ਕਿ ਉਹ ਪੂਰੀ ਕੋਸ਼ਿਸ਼ ਕਰ ਰਿਹਾ ਰਿਜ਼ਲਟ ਦੇਣ ਦੀ ਬਟ ਕਿਤੇ ਨਾ ਕਿਤੇ ਜਿਹੜੀਆਂ ਪੁਰਾਣੀਆਂ ਫਾਈਲਾਂ ਨੇ ਸਪੈਸ਼ਲੀ ਲੌਕਡਾਊਨ ਤੋਂ ਪਹਿਲਾਂ ਜਾਂ ਜਿਹੜੀਆਂ ਅਪ੍ਰੈਲ ਦੇ ਆਸ-ਪਾਸ ਮਈ 'ਚ ਵੀ ਲੱਗੀਆਂ ਸੀਗੀਆਂ ਸੋ ਦੋਸਤੋ ਤੁਹਾਨੂੰ ਪਤਾ ਹੈਗਾ ਮੈਕਸਿਮਮ ਬੱਚਿਆਂ ਦਾ ਇਨਟੇਕ ਜਿਹੜਾ ਸੀਗਾ ਉਹ ਮਈ ਜਾਂ ਜੁਲਾਈ ਵਾਲੀ ਕਲਾਸਿਸ ਸੀਗੀਆਂ ਸੋ ਉਹਨਾਂ ਦੀਆਂ ਉਸ ਅਕੋਰਡਿੰਗ ਫਾਈਲਸ ਲੱਗੀਆਂ ਸੀਗੀਆਂ ਲੇਕਿਨ ਹਾਲਾਂਕਿ ਉਹਨਾਂ ਦੋਸਤਾਂ ਨੇ LOA ਨਵਾਂ ਅਪਡੇਟ ਕਰਤਾ ਸੀ ਸੈਪਟੰਬਰ ਦਾ ਬਟ ਫਿਰ ਵੀ ਉਹਨਾਂ ਬੱਚਿਆਂ ਨੂੰ ਜਿਹੜੇ ਆ AIP ਨਹੀਂ ਆ ਰਹੇ ਇਹ ਇਸ ਤਰ੍ਹਾਂ ਤੁਸੀਂ ਸਮਝ ਸਕਦੇ ਹੋ ਕਿ ਸੈਪਟੰਬਰ ਇਨਟੇਕ ਦੇ ਕੁਝ ਫਾਈਲਸ ਲੱਗੀਆਂ ਸੀ ਬੱਚਿਆਂ ਨੇ ਨਵਾਂ LOA ਜਨਵਰੀ ਦਾ ਲਗਾਤਾ ਉਹਨਾਂ ਨੂੰ ਸਟਿਲ AIP ਆ ਰਹੇ ਸੋ ਕਿਤੇ ਨਾ ਕਿਤੇ ਹਾਈ ਕਮਿਸ਼ਨ ਵਾਲੇ ਐਂਡ ਤੋਂ ਵੀ ਕੁਝ ਨਾ ਕੁਝ ਜਿਹੜੇ ਆ ਟੈਕਨੀਕਲ ਜਿਹੜੀ ਆ ਪ੍ਰੋਬਲਮਸ ਆ ਰਹੀਆਂ ਨੇ ਕਿ LOA ਅਪਡੇਟ ਹੋਣ ਤੋਂ ਬਾਅਦ ਵੀ ਜਿਹੜਾ AIP ਇਸ਼ੂ ਹੋ ਰਿਹਾ ਹੈ ਇਵਨ ਜਿਨ੍ਹਾਂ ਨੇ ਨਵਾਂ LOA ਅਪਡੇਟ ਕਰਤਾ ਸੀ ਫਾਲ ਇਨਟੇਕ ਦਾ ਉਹਨਾਂ ਦੇ ਰਿਜ਼ਲਟ ਪੈਂਡਿੰਗ 'ਚ ਆ ਸੋ ਇਹਦਾ ਇੱਕ ਰੀਜ਼ਨ ਹੋਰ ਹੋ ਸਕਦਾ ਹੈ ਕਿ ਜੋ ਫਾਈਲ ਅਸਾਈਨਮੈਂਟ ਹੁੰਦੀ ਉਹ ਸਿਸਟਮ ਦੇ ਥਰੂ ਕੱਲੀ ਕੈਨੇਡਾ 'ਚ ਅਸਾਈਨ ਨਹੀਂ ਹੁੰਦੀ ਮਲਟੀਪਲ ਲੋਕੇਸ਼ਨ ਤੇ ਹੁੰਦੀ ਆ ਚੰਡੀਗੜ੍ਹ ਅਸਾਈਨ ਹੋ ਗਈ ਦਿੱਲੀ ਅਸਾਈਨ ਹੋ ਗਈ ਜਾਂ ਕੈਨੇਡਾ ਅਸਾਈਨ ਹੋ ਗਈ ਸੋ ਡਿਪੈਂਡ ਕਰਦਾ ਕਿ ਜਿਸ ਪਾਰਟਿਕੂਲਰ ਵੀਜ਼ਾ ਜਿਹੜਾ ਆਫਿਸ ਉਹਨਾਂ ਦਾ ਜਿੱਥੇ ਉਹ ਅਸਾਈਨ ਹੋਈ ਆ ਉੱਥੇ ਪ੍ਰੋਸੈਸਿੰਗ ਕਿੱਦਾਂ ਚੱਲ ਰਹੀ ਸੋ ਇਦਾਂ ਦੇ ਕਈ ਟੈਕਨੀਕਲ ਰੀਜ਼ਨ ਵੀ ਵਿੱਚ ਹੋ ਸਕਦੇ ਆ ਹੁਣ ਤੁਹਾਡੇ ਕੋਲ ਗੱਲ ਆਉਂਦੀ ਲਾਸਟ ਦੇ ਵਿੱਚ ਕਿ ਆਪਸ਼ਨ ਕੀ ਬਚਦਾ ਸੋ ਦੋਸਤੋ ਵੇਟ ਕਰ ਸਕਦੇ ਹੋ ਇਹੀ ਇੱਕ ਆਪਸ਼ਨ ਆ ਅਗਰ ਸਪਟੰਬਰ ਇਨਟੇਕ ਵੀ ਨਿਕਲ ਤੇ ਆ ਗਿਆ ਕਾਲਜ ਵੱਲੋਂ ਰਜਿਸਟਰ ਕਰਨ ਵਾਸਤੇ ਤੁਹਾਨੂੰ ਗਿਆ ਜਾ ਰਿਹਾ ਬਟ AIP ਨਹੀਂ ਆਇਆ ਤਾਂ ਡੈਫੀਨਿਟਲੀ ਤੁਹਾਡੇ ਤੇ ਵੀ ਉਹੀ ਕੰਡੀਸ਼ਨ ਲੱਗਦੀ ਹੈ ਕਿ ਤੁਸੀਂ ਨਵਾਂ ਜਿਹੜਾ ਆਪਣਾ ਐਕਸਟੈਂਸ਼ਨ ਹੈ LOA ਉਹ ਜਨਰਲੀ ਟੇਕ ਦਾ ਮੰਗਵਾ ਲਓ ਤੇ ਉਹਨੂੰ ਅਪਡੇਟ ਕਰ ਦਿਓ ਆਪਾਂ ਇਹੀ ਚੀਜ਼ਾਂ ਕਰ ਸਕਦੇ ਹਾਂ ਹਾਈ ਕਮਿਸ਼ਨ ਨੂੰ ਮੇਲ ਵੀ ਪਾਉਂਦੇ ਹਾਂ ਉਹਦਾ ਵੀ ਰਿਵਰਟ ਵੀ ਬਹੁਤ ਜਲਦੀ ਨਹੀਂ ਆਉਣਾ ਨਾ ਹਾਈ ਕਮਿਸ਼ਨ ਟਵੀਟ ਕਰਕੇ ਬਾਰ ਬਾਰ ਕਹਿੰਦਾ ਕਿ ਅਸੀਂ ਰਿਵਰਟ ਨਹੀਂ ਕਰ ਸਕਦੇ ਸਾਰੇ ਬੱਚਿਆਂ ਨੂੰ ਸੋ ਵੇਟ ਕਰੋ ਕੋਈ ਰਿਕੁਆਇਰਮੈਂਟ ਰੱਖਦੇ ਆ ਤੇ ਆਪਣਾ ਜਿਹੜਾ GC ਕੀ ਆ ਕੈਨੇਡਾ ਦਾ ਲੌਗਇਨ ਹੁੰਦਾ ਉਹਨੂੰ ਚੈੱਕ ਕਰੋ ਆਪਣੀ ਈਮੇਲ ਨੂੰ ਚੈੱਕ
ਆਪਸ਼ਨ ਵੀ ਹੋਰ ਕੋਈ ਨਹੀਂ ਹੈਗਾ ਕਰੋਨਾ ਦੀ ਸਿਚੁਏਸ਼ਨ ਇਦਾਂ ਦੀ ਹੈ ਕਿ ਕਈ ਚੀਜ਼ਾਂ ਜਿਹੜੀਆਂ ਨੇ ਉਹ ਚੇਂਜ ਹੋ ਗਈਆਂ ਕਈ ਤਰ੍ਹਾਂ ਦੇ ਪ੍ਰੋਸੈਸ ਕੈਨੇਡਾ ਦੇ ਬਦਲੇ ਐਂਡ ਇਵਨ ਰਿਜ਼ਲਟ ਨੂੰ ਲੈ ਕੇ ਬੱਚਿਆਂ ਨੂੰ ਦਿੱਕਤ ਆ ਰਹੀ ਹੈ ਬੱਚਿਆਂ ਦੀ ਵੀ ਪੇਰੈਂਟਸ ਦੀ ਹਾਰਡ ਅਰਨ ਮਨੀ ਸਟਕ ਹੋਈ ਪਈ ਹੈ ਬਟ ਡੈਫੀਨੇਟਲੀ ਇਸ ਟਾਈਮ ਤੋਂ ਬਾਅਦ ਚੰਗਾ ਟਾਈਮ ਵੀ ਆਏਗਾ ਸੋ ਰਿਕੁਐਸਟ ਹੈ ਥੋੜਾ ਜਿਹਾ ਹੋਰ ਵੇਟ ਕਰੋ ਐਂਡ ਆਪਣੇ ਕੰਸਲਟੈਂਟ ਨਾਲ ਇਨ ਟੱਚ ਰਹੋ ਕਾਲਜ ਨਾਲ ਇਨ ਟੱਚ ਰਹੋ ਤਾਂ ਕਿ ਜੋ ਵੀ ਅਪਡੇਟ ਜੇ ਉਹਨਾਂ ਦੀ ਪਾਲਿਸੀਜ਼ ਵਗੈਰਾ ਟਾਈਮਲੀ ਤੁਹਾਨੂੰ ਪਤਾ ਚੱਲਦਾ ਰਹੇ ਤੁਸੀਂ ਆਪਣੇ ਰਾਈਟ ਡਿਸੀਜਨ ਜਿਹੜੇ ਉਹ ਲੈ ਸਕੋ ਸੋ ਅੱਜ ਲਈ ਇੰਨਾ ਹੀ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਹੋਰ ਟੌਪਿਕ ਨਾਲ ਅੱਜ ਲਈ ਦਿਓ ਇਜਾਜ਼ਤ ਧੰਨਵਾਦ